ਡਿਪਟੀ ਮੁੱਖ ਮੰਤਰੀ ਬਣਾ ਦੋ, ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ। ਜਮਾ ਕਰਾਉਣ ਵਾਸਤੇ ਨਹੀਂ ਸੀ, ਕਾਂਗਰਸ ਪਾਰਟੀ ਨੇ ਮੈਨੂੰ ਮਾਣ ਦਿੱਤਾ, ਮੇਰੇ ਤੇ ਸਾਰਾ ਪੈਸਾ ਗਰੀਬ ਲੋਕਾਂ ਨੇ ਖਰਚ ਕੀਤਾ, ਅੱਜ ਸਾਨੂੰ ਲਾਠੀਆਂ ਪੈਂਦੀਆਂ ਨੇ। ਮੈਂ ਵਿਦਿਆਰਥੀਆਂ ਦੇ ਲਈ ਲੜਦਾ ਔਰ ਸਾਡੇ ਵਿਦਿਆਰਥੀਆਂ ਨੂੰ ਚੱਕ ਕੇ ਥਾਣਿਆਂ ਚ ਬੰਦ ਕਰ ਦਿੱਤਾ ਜਾਂਦਾ। ਮੈਂ ਰਾਤਾਂ ਨੂੰ ਸੜਕਾਂ ਤੇ ਸੌਂਦਾ ਰਿਹਾ, ਮੈਂ ਪੰਜਾਬ ਦੇ ਹਰ ਕੋਨੇ ਚ ਜਾਊਂਗਾ। ਮੈਂ ਅੰਦੋਲਨਕਾਰੀ ਵਿਅਕਤੀ ਆ, ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਦਲਿਤ ਸਮਾਜ ਦੇ ਲੇਖੇ ਲਾਇਆ। ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂਗਾ। ਇਹ ਹੁਣ ਕੁੱਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ, ਸ਼ੀਸ਼ ਮਹਿਲਾਂ ਦੇ ਨਾਲ ਹੋਏਗੀ। ਤੈਨੂੰ ਝੁਕਾ ਕੇ ਹਟੂਗਾ। ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ। ਮੈਂ ਕਹਿਣਾ ਨਹੀਂ ਚਾਹੁੰਦਾ, ਦਲਿਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਿਤਾਂ ਦੇ ਲਈ ਕੀ ਕੁਝ ਕਰ ਰਿਹਾ। ਇਸ ਕਰਕੇ ਇਹ ਮੇਰੇ ਹੰਝੂ ਨਹੀਂ ਹੈ, ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਹੈ। ਇਸ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ। ਉਹ ਯਾਰੋ, ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਦ ਵੀ ਦੇਖੋ, ਸਾਰੇ ਆ ਰਹੇ ਨੇ। ਮੈਂ ਪ੍ਰਦਰਸ਼ਨ ਕਰ ਰਿਹਾ, ਮੈਂ ਅੱਜ ਅੰਦਰ ਵੀ ਕਰੂੰਗਾ, ਕਾਂਗਰਸ ਨੇ ਕੱਲ ਵੀ ਕੀਤਾ, ਕਿਉਂਕਿ ਹਲੇ ਸਾਰੇ ਵਿਧਾਇਕ ਆ ਰਹੇ ਨੇ। ਮੈਂ ਆਪੋ ਕੋਈ ਭਵਾਂ ਮੈਂ ਕੱਲਾ ਵੀ ਕਿਉਂ ਨਾ ਰਹਿ ਜਾ। ਬਿਲਕੁਲ ਦੇਖਿਆ ਜਾਵੇ ਤਾਂ ਇਸ ਵੇਲੇ ਪ੍ਰਦਰਸ਼ਨ ਜਿਹੜਾ ਸੁਖਵਿੰਦਰ ਕੋਟਲੀ ਵੱਲੋਂ, ਕੋਟਲੀ ਸਾਹਿਬ ਤਾਂ ਦੇਖੋ ਮਾੜਾ, ਕੋਟਲੀ ਸਾਹਿਬ ਮੈਨੂੰ ਤਾਂ ਸਹੀ ਦਾ ਚਲੋ 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 ਮੇਰੀ ਗੱਲ ਸੁਣ ਲਓ, ਖੜੇ ਚਲੋ ਚਲੋ ਜੇ ਦਲਤਾ, ਮੈਂ ਆਪਣੀ ਮੰਗ ਵਾਪਸ ਲੈ ਲੂੰਗਾ। ਸਾਹਮਣੇ ਨੇ ਇਸ ਵੇਲੇ ਦਾ ਸਨਮਾਨ ਕੀਤਾ, ਬਰਾੜ ਸਾਹਿਬ, ਬਰਾੜ ਸਾਹਿਬ ਸਨਮਾਨ ਕੀਤਾ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਮੈਨੂੰ ਦੱਸੋ ਅੱਜ ਤੱਕ ਕਿਸੇ ਸਰਕਾਰ ਨੇ ਫਾਈਨਾਂਸ ਮਿਨਿਸਟਰ ਬਣਾਇਆ, ਮੈਂ ਆਗੂ ਨੂੰ ਐਫ ਐਮ ਬਣਾਇਆ, ਨੂੰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਇਆ, ਮੈਂ ਆਪਣਾ ਅੰਦੋਲਨ ਵਾਪਸ ਲੈ ਲਿਆ। ਸਾਰੇ ਮੰਤਰੀ ਡਿਪਟੀ ਮੁੱਖ ਮੰਤਰੀ ਦਲਤਾਂ ਦਾ ਸਨਮਾਨ ਹੈ, ਦਲਤਾਂ ਦਾ ਅਪਮਾਨ ਹੈ। ਮੈਂ ਨਹੀਂ ਚਾਹੁੰਦਾ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਲਈ ਕੀਤਾ ਹੋਵੇ। ਕਿਸੇ ਨੂੰ ਬਣਾ ਦੋ, ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾ ਦੋ, ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ। ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇਣ, ਲੀਗਲ ਐਕਸ਼ਨ ਲੈਣਾ ਸੀ ਤੁਸੀਂ? ਮੈਂ ਤਾਂ ਲੈ ਰਿਹਾ ਹਾਂ, ਕੋਈ ਸਨਮਾਨ ਨਹੀਂ ਹੈ। ਦੇਖੋ ਆਪ ਵਿਧਾਇਕ ਤੇ ਕਾਂਗਰਸੀ ਵਿਧਾਇਕ ਇਸ ਵੇਲੇ ਆਹਮਣੋ ਸਾਹਮਣੇ ਹੋ ਗਏ ਸੀ, ਤਸਵੀਰਾਂ ਦੇਖ ਸਕਦੇ ਹੋ, ਸਿੱਧੀਆਂ ਤਸਵੀਰਾਂ ਨੇ। ਆਪ ਵਿਧਾਇਕ ਮਨਜੀਤ ਸਿੰਘ ਬਲਾ